SKF ਲੁਧਿਆਣਾ ਰੇਂਜ ਨੇ ਕੱਲ ਰਾਤ ਵਧੀਆ ਕਾਰਵਾਈ ਕਰਦੇ ਹੋਏ ਇੱਕ FIR ਰਜਿਸਟਰ ਕੀਤੀ 306 ਨੰਬਰ NDPS ਐਕਟ ਦੇ ਔਰ ਉਹਦੇ ਵਿੱਚ 3 ਵਿਅਕਤੀ ਗ੍ਰਿਫਤਾਰ ਕੀਤੇ ਨੇ ਵਿਕਾਸ ਗੁਰਪ੍ਰੀਤ ਔਰ ਮਜਿੰਦਰ ਇਹਨਾਂ ਕੋਲੋਂ 3 ਕਿਲੋ 300 ਤੇ 40 ਗ੍ਰਾਮ ਹੈਰੋਨ ਰਿਕਵਰ ਕੀਤੀ ਹੈ ਔਰ ਇਹ ਕਾਫੀ ਸਮੇਂ ਤੋਂ 7-8 ਸਾਲ ਤੋਂ ਇਸ ਧੰਦੇ ਦੇ ਵਿੱਚ ਲੱਗੇ ਹੋਏ ਨੇ ਵਿਕਾਸ ਔਰ ਜਿਹੜਾ ਗੁਰਪ੍ਰੀਤ ਹੈ ਇਹ ਪਹਿਲਾਂ ਵੀ ਇਹਨਾਂ ਦੇ 4-4 ਮੁਕੱਦਮੇ ਦਰਜ ਨੇ ਵਿਕਾਸ ਗੁਪਤਾ ਜਿਹੜਾ ਹੈਗਾ ਇਹ 2 ਮੁਕੱਦਮਿਆਂ ਵਿੱਚ ਆਲਰੇਡੀ ਕਨਵਿਕਟਡ ਹੈ ਔਰ ਕਾਫੀ ਸਮੇਂ ਤੋਂ ਇਹ ਲੱਗਾ ਹੋਇਆ ਸੀਗਾ ਔਰ ਅਸੀਂ ਵੀ ਕਾਫੀ ਸਮੇਂ ਤੋਂ ਭਾਲ ਕਰ ਰਹੇ ਸੀਗੇ ਪਰ ਅਜੇ ਸਾਡੀ ਰੇਂਜ ਵਿੱਚ ਨਹੀਂ ਸੀ ਆ ਰਿਹਾ ਇਹ ਰਾਤ ਇੱਕ ਪਰਫੈਕਟ ਇਨਫੋਰਮੇਸ਼ਨ ਮਿਲਣ 'ਤੇ ਕਾਬੂ ਆ ਗਿਆ ਔਰ ਇਸ ਦੇ ਨਾਲ ਲੁਧਿਆਣਾ ਦੇ ਸਰਾਊਂਡਿੰਗ ਏਰੀਆ ਦੇ ਵਿੱਚ ਹੈਰੋਨ ਦੀ ਸਪਲਾਈ ਨੂੰ ਕਾਫੀ ਠੱਲ ਪਈ ਲੁਧਿਆਣਾ ਤੋਂ ਬਾਹਰ ਵੀ ਕੰਮ ਕਰਦੇ ਸੀ ਹਾਂ ਲੁਧਿਆਣੇ ਤੋਂ ਬਾਹਰ ਵੀ ਕਰਦੇ ਸੀਗੇ ਲੁਧਿਆਣਾ ਤੋਂ ਸਰਾਊਂਡਿੰਗ ਏਰੀਆ ਤੋਂ ਸਾਰੀ ਸਪਲਾਈ ਕਰਦੇ ਸੀ ਹਾਂਜੀ ਕਿੰਨੀ ਕਿਲੋ 3 ਕਿਲੋ 340 ਗ੍ਰਾਮ ਹੈਰੋਨ ਦੇ ਸਰ ਤਿੰਨਾਂ ਦੇ ਪਹਿਲਾਂ ਵੀ ਮੁਕੱਦਮਾ ਦਰਜ 2 ਵਿਅਕਤੀਆਂ ਦੇ ਉੱਪਰ ਗੁਰਪ੍ਰੀਤ ਦੇ ਉੱਪਰ ਔਰ ਵਿਕਾਸ ਦੇ ਉੱਪਰ 4-4 ਮੁਕੱਦਮੇ ਦਰਜ ਨੇ ਇਹ 3 ਜਣੇ ਹੈਗੇ ਬਾਕੀ ਅਸੀਂ ਹੁਣ ਕੁਐਸਚਨਿੰਗ ਕਰਾਂਗੇ ਇਹਨਾਂ ਦੇ ਨਾਲ ਦੇ ਐਸੋਸੀਏਟਸ ਜਿਹੜੇ ਕਿ ਹੋਰ ਹੋਣਗੇ ਉਹ ਫੜਾਂਗੇ